ਸਤਿ ਸ਼੍ਰੀ ਅਕਾਲ ਦਰਸ਼ਕੋ, ਅੱਜ ਆਪਾਂ ਗੱਲ ਕਰਾਂਗੇ ਕਿ ਜਦ ਵੀ ਆਪਾਂ ਕੋਈ ਵੀ ਰੀਪ੍ਰੋਡਕਟਿਵ ਪ੍ਰੋਸੀਜਰ ਕਰਾਉਂਦੇ ਹਾਂ, ਜਿਵੇਂ ਟੈਸਟ ਟਿਊਬ ਬੇਬੀ ਕਰਾਉਂਦੇ ਹਾਂ, ਇਕਸੀ ਕਰਾਉਂਦੇ ਹਾਂ, ਅਤੇ ਉਹਦੇ ਬਾਰੇ ਕੀ ਮਿਥਸ ਹੈ, ਕੀ ਵਹਿਮ ਭਰਮ ਬਹੁਤ ਸਾਰੇ ਪੇਸ਼ੈਂਟਸ ਦੇ ਮਨ ਵਿੱਚ ਹੁੰਦੇ ਹੈ, ਅਤੇ ਉਹਨਾਂ ਦੇ ਬਹੁਤ ਸਾਰੇ ਸਵਾਲ ਹੁੰਦੇ ਹੈ ਜਿਹਦੇ ਡਰ ਦੇ ਕਾਰਨ ਉਹ ਟ੍ਰੀਟਮੈਂਟ ਕਰਾਉਣ ਤੋਂ ਵੀ ਡਰਦੇ ਹੈ। ਸੋ ਸਭ ਤੋਂ ਪਹਿਲਾਂ ਇਹ ਇੱਕ ਵਹਿਮ ਹੁੰਦਾ ਹੈ ਕਿ ਸਾਡੀ ਤਬੀਅਤ ਬਹੁਤ ਖਰਾਬ ਹੋ ਜਾਏਗੀ, ਸਾਨੂੰ ਕੋਈ ਪ੍ਰੋਬਲਮ ਆ ਜਾਏਗੀ, ਸਾਨੂੰ ਬੈੱਡ ਰੈਸਟ ਨਾ ਕਰਨਾ ਪਏ। ਸੋ ਜਿਹੜਾ ਵੀ ਜਦ ਵੀ ਆਪਾਂ ਪ੍ਰੋਸੀਜਰ ਸ਼ੁਰੂ ਕਰਦੇ ਹਾਂ, ਪੇਸ਼ੈਂਟ ਬਹੁਤ ਜ਼ਰੂਰੀ ਹੈ ਕਿ ਪੇਸ਼ੈਂਟ ਦੇ ਮਨ ਵਿੱਚ ਇਹ ਵਹਿਮ ਅਤੇ ਭਰਮ ਨਹੀਂ ਹੋਣੇ ਚਾਹੀਦੇ। ਸੋ ਜੋ ਵੀ ਪ੍ਰੋਸੀਜਰ ਸ਼ੁਰੂ ਹੁੰਦਾ ਹੈ, ਇੱਕ ਵਹਿਮ ਪੇਸ਼ੈਂਟ ਨੂੰ ਆਉਂਦਾ ਹੈ ਕਿ ਇਹ ਜਿਹੜਾ ਟ੍ਰੀਟਮੈਂਟ ਹੈ ਸਾਡੀ ਬੋਡੀ ਨੂੰ ਨੁਕਸਾਨ ਨਾ ਕਰਦੇ, ਸਾਡਾ ਕੋਈ ਹੋਰ ਤਰ੍ਹਾਂ ਦੀ ਬਿਮਾਰੀ ਤਕਲੀਫ ਨਾ ਲੱਗ ਜਾਏ। ਪਰ ਅੱਜ ਕੱਲ੍ਹ ਜਿਵੇਂ ਕਿ ਮਿਨੀਮਲ ਸਟਿਮੂਲੇਸ਼ਨ ਪ੍ਰੋਟੋਕੋਲਸ ਆਉਂਦੀ ਹੈ, ਜਿਹੜੀ ਕਿ ਹੁਣ ARTI ਬਿੱਲ ਵਿੱਚ ਵੀ ਆ ਗਈ ਹੈ, ਕਿ ਜਿੰਨੇ ਵੀ ਆਪਾਂ ਅੰਡੇ ਬਣਾਉਂਦੇ ਹਾਂ ਉਹ ਹਿਸਾਬ ਨਾਲ ਬਣਾਏ ਜਾਂਦੇ ਹੈ, ਅਤੇ ਪੇਸ਼ੈਂਟ ਨੂੰ ਕੋਈ ਕੰਪਲੀਕੇਸ਼ਨ ਉਹਦੇ ਨਾਲ ਆਉਣ ਦੇ ਬਹੁਤ ਮਿਨੀਮਲ ਚਾਂਸਿਸ ਰਹਿੰਦੇ ਹੈ। ਦੂਜਾ ਜਿਹੜਾ ਵਹਿਮ ਆਉਂਦਾ ਹੈ ਪੇਸ਼ੈਂਟ ਦੇ ਮਨ ਦੇ ਵਿੱਚ, ਕਿ ਜਦੋਂ ਐਮਬਰੀਓ ਟ੍ਰਾਂਸਫਰ ਕਰਾ ਲੈਂਦੇ ਹੈ, ਜਦੋਂ ਭਰੂਣ ਰਖਵਾ ਲੈਂਦੇ ਹੈ ਬੱਚੇਦਾਨੀ ਦੇ ਅੰਦਰ, ਕਿ ਉਹਨਾਂ ਨੂੰ ਬਿਲਕੁਲ ਬੈੱਡ ਰੈਸਟ ਕਰਨਾ ਪੈਂਦਾ ਹੈ। ਇਹ ਬਿਲਕੁਲ ਮਨ ਦੇ ਵਿੱਚ ਵਹਿਮ ਹੈ ਕਿ ਉਹਨਾਂ ਨੂੰ ਬੈੱਡ ਰੈਸਟ ਕਰਨਾ ਪਏਗਾ, ਅਤੇ ਉਹ ਕੋਈ ਕੰਮ ਨਹੀਂ ਕਰ ਸਕਦੇ, ਕੋਈ ਲੇਡੀ ਜੋਬ ਕਰ ਰਹੀ ਹੈ ਤਾਂ ਉਹਨੂੰ ਜੋਬ ਛੱਡਣੀ ਪਏਗੀ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਸਿਰਫ ਉਹਨਾਂ ਨੇ ਹੈਵੀ ਵਰਕ ਵਗੈਰਾ ਅਵੋਇਡ ਕਰਨਾ ਹੈ, ਕਿਉਂਕਿ ਜਦ ਵੀ ਬੇਬੀ ਹੋਏਗਾ ਉਹ ਬਹੁਤ ਪ੍ਰੈਸ਼ੀਅਸ ਪ੍ਰੈਗਨੈਂਸੀ ਹੋਏਗੀ, ਬਹੁਤ ਸਾਲਾਂ ਬਾਅਦ ਹੋਏਗਾ ਤਾਂ ਪੇਸ਼ੈਂਟ ਨੂੰ ਮਾੜਾ ਮੋਟਾ ਧਿਆਨ ਰੱਖਣਾ ਪੈਂਦਾ ਹੈ। ਸੋ ਇਹ ਬਿਲਕੁਲ ਗਲਤ ਧਾਰਨਾ ਹੈ ਮਨ ਵਿੱਚ ਕਿ ਬਿਲਕੁਲ ਬੈੱਡ 'ਤੇ ਸਿੱਧੇ ਪੈ ਜਾਣਾ ਹੈ, ਕਿ ਨਹੀਂ ਤਾਂ ਬੱਚਾ ਬਾਹਰ ਆ ਜਾਊਗਾ। ਜਿਹੜਾ ਟਾਈਮ ਲੱਗਦਾ ਹੈ ਅੰਡੇ ਦਾ ਬੱਚੇਦਾਨੀ ਵਿੱਚ ਭਰੂਣ ਨੂੰ ਸਟੇਬਲ ਹੋਣ ਵਾਸਤੇ, ਉਹ 20 ਤੋਂ 25 ਮਿੰਟ ਹੁੰਦੇ ਹੈ ਮੈਕਸੀਮਮ। ਸੋ ਉਸ ਤੋਂ ਬਾਅਦ ਪੇਸ਼ੈਂਟ ਨੂੰ ਕੋਈ ਬੈੱਡ ਰੈਸਟ ਦੀ ਲੋੜ ਨਹੀਂ ਹੁੰਦੀ। ਸੋ ਨੰਬਰ ਦੂਜਾ ਜਿਹੜਾ ਵਹਿਮ ਆਉਂਦਾ ਹੈ ਪੇਸ਼ੈਂਟ ਦੇ ਮਨ ਵਿੱਚ, ਹਮੇਸ਼ਾ ਪੇਸ਼ੈਂਟ ਨੂੰ ਟੈਨਸ਼ਨ ਰਹਿੰਦੀ ਹੈ ਕਿ ਮੇਰਾ ਹੋਏਗਾ ਨਹੀਂ ਹੋਏਗਾ। ਬਲਕਿ ਜਦੋਂ ਪੇਸ਼ੈਂਟ ਬੈੱਡ ਰੈਸਟ ਕਰਦਾ ਹੈ ਤਾਂ ਉਹਦੇ ਵਿੱਚ ਉਹ ਸਾਰਾ ਟਾਈਮ ਉਹੀਓ ਚੀਜ਼ ਸੋਚਦਾ ਰਹਿੰਦਾ ਹੈ ਕਿ ਮੇਰੀ ਪ੍ਰੈਗਨੈਂਸੀ ਹੋਏਗੀ ਕਿ ਨਹੀਂ ਹੋਏਗੀ। ਸੋ ਹਮੇਸ਼ਾ ਅਸੀਂ ਪੇਸ਼ੈਂਟ ਨੂੰ ਐਡਵਾਈਸ ਕਰਦੇ ਹਾਂ, ਕੌਂਸਲ ਕਰਦੇ ਹਾਂ ਕਿ ਕੋਈ ਸਟ੍ਰਿਕਟ ਬੈੱਡ ਰੈਸਟ ਦੀ ਲੋੜ ਨਹੀਂ ਹੈ ਪੇਸ਼ੈਂਟ ਨੂੰ ਇਸ ਪ੍ਰੋਸੀਜਰ ਕਰਾਉਣ ਤੋਂ ਬਾਅਦ। ਸੈਕਿੰਡ ਜਿਹੜਾ ਵਹਿਮ ਪੇਸ਼ੈਂਟ ਦੇ ਮਨ ਵਿੱਚ ਆਉਂਦਾ ਹੈ ਕਿ ਜਿਹੜਾ ਟੈਸਟ ਟਿਊਬ ਬੇਬੀ ਦੇ ਨਾਲ ਪ੍ਰੈਗਨੈਂਸੀ ਹੁੰਦੀ ਹੈ, ਕਿ ਉਹ ਨੋਰਮਲ ਬੱਚਾ ਹੋਏਗਾ। ਉਹਨਾਂ ਦੇ ਮਨ ਵਿੱਚ ਵਹਿਮ ਹੁੰਦਾ ਹੈ ਕਿ ਉਹ ਬੇਬੀ ਪਤਾ ਨਹੀਂ ਕਿਹੋ ਜਿਹਾ ਹੋਏਗਾ, ਕਿ ਟੈਸਟ ਟਿਊਬ ਬੇਬੀ ਅਤੇ ਨੋਰਮਲ ਬੇਬੀ ਵਿੱਚ ਬਹੁਤ ਫਰਕ ਹੁੰਦਾ ਹੈ। ਇਹੋ ਜਿਹੀ ਕੋਈ ਗੱਲ ਨਹੀਂ, ਜਿਹੜੀ ਵੀ ਜਦ ਲੇਡੀ ਨੂੰ ਪ੍ਰੈਗਨੈਂਸੀ ਹੋ ਜਾਂਦੀ ਹੈ ਉਹ ਬੇਬੀ ਜਿਹੜਾ ਹੈ ਬਿਲਕੁਲ ਨੋਰਮਲ ਪ੍ਰੈਗਨੈਂਸੀ ਵਾਂਗੂ ਹੁੰਦਾ ਹੈ। ਮਤਲਬ ਕਹਿਣ ਦਾ ਭਾਵ ਕਿ ਉਸ ਬੇਬੀ ਵਿੱਚ ਜਿਵੇਂ ਕਿ ਇੱਕ ਨੋਰਮਲ ਪ੍ਰੈਗਨੈਂਸੀ ਇੰਟਰਕੋਰਸ ਆਪਸ ਵਿੱਚ ਜਿਹੜੇ ਮਿਲ ਕੇ ਕਰਦੇ ਹੈ ਬੇਬੀ ਨੋਰਮਲ ਵੇ ਦੇ ਨਾਲ ਹੁੰਦਾ, ਉਹੋ ਜਿਹਾ ਹੀ ਬੇਬੀ ਹੁੰਦਾ, ਕੋਈ ਡਿਫਰੈਂਸ ਨਹੀਂ ਹੁੰਦਾ ਬੇਬੀ ਦੇ ਵਿੱਚ। ਉਸ ਤੋਂ ਬਾਅਦ ਪੇਸ਼ੈਂਟ ਨੂੰ ਇੱਕ ਬਹੁਤ ਬੜਾ ਵਹਿਮ ਹੁੰਦਾ ਹੈ ਕਿ ਪਤਾ ਨਹੀਂ ਜਿਹੜਾ ਆਪਾਂ ਟੈਸਟ ਟਿਊਬ ਬੇਬੀ ਕਰਾਵਾਂਗੇ ਉਹ ਬੱਚਾ ਕਿਸੇ ਹੋਰ ਦਾ ਤਾਂ ਨਹੀਂ ਹੋਏਗਾ, ਉਹ ਸਾਡਾ ਹੈ, ਜਾਂ ਜਿਹੜਾ ਕੋਈ ਹੈ ਪਤਾ ਨਹੀਂ ਕੀ ਹੋ ਜਾਏਗਾ ਸਾਡੇ ਨਾਲ। ਨਹੀਂ, ਇੰਝ ਨਹੀਂ ਹੁੰਦਾ। ਪੇਸ਼ੈਂਟ ਜਦ ਹੁੰਦਾ ਉਹਦਾ ਸਿਰਫ ਜਿਹੜਾ ਕੰਮ ਉਹ ਟਿਊਬ ਵਿੱਚ ਹੋਣਾ ਹੁੰਦਾ ਉਹ ਅਸੀਂ ਇੱਕ IVF ਲੈਬੋਰਟਰੀ ਵਿੱਚ ਕਰਦੇ ਹਾਂ, ਹੋਰ ਕੋਈ ਡਿਫਰੈਂਸ ਨਹੀਂ ਹੁੰਦਾ ਇਸ ਪ੍ਰੋਸੀਜਰ ਦੇ ਵਿੱਚ। ਉਸ ਤੋਂ ਬਾਅਦ ਪੇਸ਼ੈਂਟ ਨੂੰ ਵਹਿਮ ਹੁੰਦਾ ਹੈ ਕਿ ਜਿਹੜਾ ਮੇਰੀ ਹੁਣ ਪ੍ਰੈਗਨੈਂਸੀ ਹੋ ਗਈ ਅਤੇ ਮੈਨੂੰ ਪਤਾ ਨਹੀਂ ਕਿ ਮੇਰੀ ਨੋਰਮਲ ਡਿਲੀਵਰੀ ਹੋਏਗੀ ਕਿ ਮੇਰੀ ਐਬਨੋਰਮਲ ਡਿਲੀਵਰੀ, ਕਿ ਸਜ਼ੇਰੀਅਨ ਹੋਏਗਾ, ਕਿ ਕੁਛ ਹੋ ਤਾਂ ਨਹੀਂ ਜਾਏਗਾ। ਨਹੀਂ, ਜਿਹੜੀ IVF ਦੇ ਨਾਲ ਪ੍ਰੈਗਨੈਂਸੀ ਹੁੰਦੀ ਹੈ ਉਹ ਨੋਰਮਲ ਪ੍ਰੈਗਨੈਂਸੀ ਵਾਂਗੂ ਚੱਲਦੀ ਹੈ। ਅਗਰ ਕੋਈ ਕੰਪਲੀਕੇਸ਼ਨ ਨੋਰਮਲ ਪ੍ਰੈਗਨੈਂਸੀ ਵਿੱਚ ਵੀ ਆ ਸਕਦੀ ਹੈ ਤੇ ਉਹ ਟੈਸਟ ਟਿਊਬ ਬੇਬੀ ਜਾਂ ਕੋਈ ਵੀ ਪ੍ਰੋਸੀਜਰ ਦੇ ਨਾਲ ਵੀ ਆ ਸਕਦੀ ਹੈ। ਸੋ ਇਹ ਜਿਹੜੇ ਵਹਿਮ ਹੈ ਪੇਸ਼ੈਂਟ ਦੇ ਮਨ ਵਿੱਚ ਨਹੀਂ ਆਉਣੇ ਚਾਹੀਦੇ। ਫਿਰ ਪੇਸ਼ੈਂਟ ਨੂੰ ਹੁੰਦਾ ਪਤਾ ਨਹੀਂ ਮੇਰੀ ਹੈਲਥ ਨੂੰ ਕੀ ਹੋ ਜਾਏਗਾ, ਮੈਨੂੰ ਕੋਈ ਹੋਰ ਪ੍ਰੋਬਲਮਸ, ਹੋਰ ਬਿਮਾਰੀ ਤਕਲੀਫ ਤਾਂ ਨਹੀਂ ਲੱਗ ਜਾਏਗੀ, ਕਿ ਮੈਨੂੰ ਕੋਈ ਦਵਾਈ ਖਾਣੀ ਪਏਗੀ ਜਾਂ ਕੀ ਹੋ ਜਾਏਗਾ। ਇਸ ਡਰ ਦੇ ਕਾਰਨ ਬਹੁਤ ਸਾਰੇ ਪੇਸ਼ੈਂਟਸ ਹੈ ਜਿਹੜੇ ਉਹ ਟ੍ਰੀਟਮੈਂਟ ਕਰਾਉਣ ਤੋਂ ਜਕਦੇ ਹੈ। ਪੇਸ਼ੈਂਟ ਆਪਣਾ ਕਹਿੰਦੇ ਕਿ ਨਹੀਂ ਅਸੀਂ ਬੱਚਾ ਨਹੀਂ ਲਵਾਂਗੇ, ਕਿ ਇੰਨਾ ਕੁਛ ਕਰਨਾ ਪਏਗਾ, ਸਾਨੂੰ ਸਭ ਕੁਛ ਕਰਨਾ ਪਏਗਾ, ਇਹੋ ਜਿਹੀ ਕੋਈ ਗੱਲ ਨਹੀਂ। ਫਿਰ ਪੇਸ਼ੈਂਟ ਬਹੁਤ ਸਾਰੇ ਪੇਸ਼ੈਂਟਸ ਹੁੰਦੇ ਆ ਜਿਨ੍ਹਾਂ ਦੇ ਮਨ ਵਿੱਚ ਆਉਂਦਾ ਹੈ ਕਿ ਸਾਡੇ ਹੁਣ ਹਸਬੈਂਡ ਤਾਂ ਬਾਹਰ ਰਹਿੰਦੇ ਹੈ, ਪਤਾ ਨਹੀਂ ਉਹ ਕਿੰਨੀ ਵਾਰ ਉਹਨਾਂ ਨੂੰ ਸੱਦਣਾ ਪਏਗਾ, ਉਹਨਾਂ ਨੂੰ ਜੋਬ ਛੋੜਨੀ ਪਏਗੀ ਉੱਥੋਂ, ਫਿਰ ਆ ਕੇ ਵੀਜ਼ਾ ਦੇਣਾ ਪਏਗਾ, ਅਤੇ ਕਿੰਨੇ ਚੱਕਰ ਲੱਗਣਗੇ। ਇਹਦੇ ਵਿੱਚ ਕੁਛ ਨਹੀਂ ਹੁੰਦਾ, ਹਸਬੈਂਡ ਸਿਰਫ ਇੱਕੋ ਵਾਰ ਆ ਕੇ ਆਪਣਾ ਸੀਮਨ ਅਤੇ ਕੰਸੈਂਟ ਵਗੈਰਾ ਦੇ ਕੇ ਜਾ ਸਕਦਾ ਹੈ। ਈਵਨ ਕਿ ਲੇਡੀਜ਼ ਦੇ ਨੂੰ ਵੀ ਬਹੁਤ ਵਾਰ ਵਾਰ ਚੱਕਰ ਨਹੀਂ ਲਗਾਉਣੇ ਪੈਂਦੇ।
सो जिहड़े आ वहम है परम है पेशेंट दे अंदर ए नहीं होने चाहिए, बल्कि एक हसबेंड वाइफ नू कौंसल करना चाहिए है, नाल जिवें उन्हां दे रिलेटिव्स भी है, ईवन डॉक्टर्स भी है जिहड़े कौंसलिंग करदे है सारे, जिवें कि साडे प्रॉपर कौंसलर हुंदे है पेशेंट नू हर विजिट ते समझांदे है कि तुसी रिलैक्सड रहो, जिन्ना आपां रिलैक्सड रहांगे उन्ने बॉडी विच बहुत चंगे हॉर्मोन्स प्रोड्यूस हुंदे है जिहड़े हॉर्मोन्स नॉम हैल्प करदे है प्रेगनेंसी विच। पेशेंट नू एडवाइस कीता जांदा है कि वह मेडिटेशन करे, कोई स्ट्रेस वगैरह नहीं ले, कि सिंपल एक अपने प्रोसीजर कराया जिहड़ा कि नेचर नहीं कर सकती सी, वह एक IVF लैबोरेटरी विच भ्रूण तैयार किया गया है, वह भ्रूण जिहड़ा है बच्चेदानी के अंदर रखा जाता है। सो इना को ही डिफरेंस होंदा है। बाकी जिवें सिंपल प्रोसीजर्स है जिन्हों आप IUI वगैरह कहने, वह बिल्कुल पेनलैस प्रोसीजर है, उस पेशेंट नू कोई प्रिकॉशंस वगैरह जिवें कि पेशेंट कहता है कि मैं बेड रेस्ट करा या मैं अपनी जॉब छड़दा या मैं सीढ़ियां ना चढ़ा, वह भी करन दी लोड़ नहीं होंदी पेशेंट नू। दूसरा पेशेंट दे विच हमेशा मन विच आंदा है कि पता नहीं मैनू किन्नी दर्द होएगी, हाय बहुत सारे पेशेंट्स डरदे है कि असी एम्ब्रियो ट्रांसफर कराना है हुण पता नहीं साडे नाल की हो जाएगा, वह घबरा जाते हैं। बट एम्ब्रियो ट्रांसफर जब असी बच्चेदानी विच बच्चा रखते हैं बिल्कुल पेनलैस प्रोसीजर हुंदा है, मैक्सीमम टू मैक्सीमम 1 मिनट के एम्ब्रियो लोड करके जिहड़ा भ्रूण विज्ञानिक है जिहड़ी वह डॉक्टर नूं दिंदा है ते डॉक्टर बच्चेदानी विच रखदा है, तो पता भी नहीं लगता कि एम्ब्रियो ट्रांसफर हो गया। जब आती है गल अंडे कढ़न की, तो अंडे बेहोशी विच कढ़े जाते हैं, उहदे वास्ते आपां पेशेंट नूं माइल्ड सेडेशन देने हैं जो कि मैक्सीमम टू मैक्सीमम 10 to 15 मिनट्स का प्रोसीजर हुंदा है, तो पेशेंट नूं कोई भी पेन नहीं फील हुंदी। सो यह जिहड़े है वहम है परम है पेशेंट्स नूं आए मैं हमेशा सलाह दिंदी हां कि यह नहीं रखने चाहिए दिमाग दे विच, डॉक्टर नाल प्रॉपर गल करनी चाहिए है। एंड विच एको ही सलाह देना चाहवांगी कि लोकी आ गलत धारणा है जिहड़ी मन तो वह कढ़ देन, चंगा इलाज चंगे टाइम ते करा लैन, डरन ना, इहदे विच डरन दी कोई लोड़ नहीं है।